ਸਾਡੇ ਡੀ ਐਸ ਪੀ ਸਾਹਿਬ ਸੀਗੇ ਅਰਜੁਨਾ ਅਵਾਰਡੀ, ਸਿਕਸਥ ਆਈ ਆਰ ਬੀ ਸੰਗਰੂਰ ਪੋਸਟਡ ਸੀਗੇ। 31 ਤਰੀਕ ਰਾਤ ਨੂੰ, 1 ਤਰੀਕ ਸਵੇਰੇ ਸਵੇਰੇ ਉਹਨਾਂ ਦੀ ਡੈੱਡ ਬੋਡੀ ਆਪਾਂ ਨੂੰ ਮਿਲੀ ਸੀਗੀ ਸਸਪੀਸ਼ੀਅਸ ਹਾਲਾਤਾਂ 'ਚ। ਖੁਜੇਵਾਲ ਪਿੰਡ ਦੇ ਰਹਿਣ ਵਾਲੇ ਸੀਗੇ, ਕਪੂਰਥਲਾ 'ਚ ਪੈਂਦਾ, ਜਿੱਥੇ ਇਹਨਾਂ ਦੀ ਡੈੱਡ ਬੋਡੀ ਸਾਨੂੰ ਮਿਲੀ ਸੀਗੀ। ਮਿਲੀ ਸੀ ਵਹਾਂ ਸੇ ਇਨਕਾ ਜੋ ਪੁਸ਼ਤੈਨੀ ਗਾਓ ਹੈ ਵੋ 8 ਕਿਲੋਮੀਟਰ ਹੈ, ਔਰ ਜਲੰਧਰ ਸੇ ਜਹਾਂ ਪਰ ਪਲੇਸ ਆਫ ਇੰਸੀਡੈਂਟ ਜੋ ਹੈ ਵੋ ਵੀ 6-7 ਕਿਲੋਮੀਟਰ ਹੈ। ਇਨਵੈਸਟੀਗੇਸ਼ਨ ਦੌਰਾਨ ਪਿਛਲੇ ਦੋ ਦਿਨ ਮੇਂ ਜੁਆਇੰਟ ਸੀ ਪੀ ਸਾਹਿਬ, ਡੀ ਸੀ ਪੀ ਇਨਵੈਸਟੀਗੇਸ਼ਨ ਔਰ ਇਨਕੀ ਟੀਮ, ਇਹਨਾਂ ਨੇ ਕਾਫੀ ਮਿਹਨਤ ਕੀਤੀ ਹੈ, ਕਿਉਂਕਿ ਇਹ ਹਮਾਰੇ ਆਪਣੇ ਪਰਿਵਾਰ ਕਾ ਮਸਲਾ ਸੀ ਥਾ। ਔਰ ਇੱਕ ਆਟੋ ਡਰਾਈਵਰ ਕੋ ਗ੍ਰਿਫਤਾਰ ਕੀਆ ਗਿਆ, ਵਿਜੇ ਕੁਮਾਰ ਉਸਕਾ ਨਾਮ ਹੈ, ਉਸਕੇ ਸਾਥ ਇਨਕੀ ਰਾਤ ਕੋ 12:30 ਵਜੇ ਇੱਕ ਸਕਫਲ ਹੋਈ ਸੀ। ਉਸਨੇ ਬੋਲਾ ਕਿ ਮੈਂ ਇਤਨੀ ਦੂਰ ਨਹੀਂ ਜਾਊਂਗਾ ਛੋੜਨੇ, ਇਨਕੇ ਪਾਸ ਔਰ ਕੋਈ ਕਨਵਿੰਸ ਨਹੀਂ ਥਾ। ਸਕਫਲ ਕੇ ਦੌਰਾਨ ਉਸਨੇ ਇਨਕਾ ਜੋ ਪਿਸਤਲ ਥਾ ਸਰਕਾਰੀ ਗਲੋਕ ਵੋ ਛੀਨ ਕੇ ਫਾਇਰ ਕੀਆ, ਜੋ ਇਨਕੇ ਸਿਰ ਪੇ ਲਗਾ, ਜਿਸ ਸੇ ਇਨਕੀ ਮੌਤ ਹੋ ਗਈ। ਪਹਿਲੇ ਇੱਕ ਲੜਾਈ ਝਗੜੇ ਕਾ ਕੇਸ ਹੈ, 6 ਸਾਲ ਸੇ ਆਟੋ ਚਲਾਤਾ, ਹਾਂ ਨਸ਼ਾ ਕਰਤਾ ਹੀ ਹੈ। ਕਿ ਮੈਨੂੰ ਪਿੰਡ ਛੱਡ ਗਿਆ, ਗਾਓ ਛੋੜ ਗਿਆ, ਹਾਂ ਕੋਈ 10-12 ਖੋਲ, ਹਾਂਜੀ ਸਰਵਿਸ ਪਿਸਤਲ ਸੀਗੀ, ਰਿਕਵਰ ਹੋ ਗਈ।